ਵਾਸਤੇ ਜਿਹੜੀਆਂ ਸੰਗਤਾਂ ਕੋ ਬਜ਼ੁਰਗ ਹਨ ਬੱਚੇ ਹਨ ਜਿਨ੍ਹਾਂ ਕੋਲ ਸਮਾਨ ਜ਼ਿਆਦਾ ਹਨ ਜਿਹੜੀਆਂ ਸਾਡੀਆਂ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਥੋੜੀਆਂ ਜਿਹੀਆਂ ਦੂਰ ਸਰਾਵਾਂ ਹਨ ਉਹਨਾਂ ਦੇ ਵਿੱਚ ਪਹੁੰਚਾਉਣ ਵਾਸਤੇ ਸਾਨੂੰ ਇਹ ਗੱਡੀਆਂ ਜਿਹੜੀਆਂ ਸਹਾਇਤਾ ਵਾਸਤੇ ਦਿੱਤੀਆਂ ਗਈਆਂ ਹਨ ਸਾਡੀਆਂ ਉਹ ਵੀ 24 ਘੰਟੇ ਚੱਲਦੀਆਂ 24 ਘੰਟੇ ਇੱਥੇ ਗੱਡੀਆਂ ਲੱਗੀਆਂ ਰਹਿਣਗੀਆਂ ਜਿਹੜੀ ਸੰਗਤ ਨੇ ਜਦੋਂ ਰਾਤ ਨੂੰ ਜਾਣਾ ਸਵੇਰੇ ਅੰਮ੍ਰਿਤ ਵੇਲੇ ਵੀ ਆਉਣਾ ਉਹ ਗੱਡੀਆਂ ਇੱਥੋਂ ਜਾਣਗੀਆਂ ਅਤੇ ਸੰਗਤ ਨੂੰ ਨਾਲ ਲੈ ਕੇ ਇੱਥੇ ਨਤਮਸਤਕ ਕਰਾਉਣ ਵਾਸਤੇ ਲੈ ਕੇ ਆਉਣਗੀਆਂ ਸਾਡੇ ਕੋਲ ਸ੍ਰੀ ਗੁਰੂ ਅਰਜਨ ਦਰਬਾਰ ਸਾਹਿਬ ਮੇਨ ਕਾਊਂਟਰ ਆ ਉੱਥੇ ਸਾਡੇ ਇੰਚਾਰਜ ਬੈਠੇ ਹਨ ਜਿਨ੍ਹਾਂ ਨੇ ਸੰਗਤ ਨੇ ਜਾਣਾ ਹੋਵੇ ਉਹ ਸੰਗਤ ਜਿਹੜੀ ਆ ਇੰਚਾਰਜ ਨਾਲ ਜਿਹੜੀ ਆ ਉਹ ਸੰਪਰਕ ਕਰ ਸਕਦੀ ਆ ਕਿ ਅਸੀਂ ਫਿਲਹਾਲ ਤੇ ਅਜੇ ਸਾਨੂੰ ਜਿਹੜੀਆਂ ਸਰਾਵਾਂ ਵਾਸਤੇ ਗੱਡੀਆਂ ਦਿੱਤੀਆਂ ਗਈਆਂ ਨੇ ਅੱਗੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਮਾਣਯੋਗ ਪ੍ਰਧਾਨ ਸਾਹਿਬ ਆਦੇਸ਼ ਦੇਣਗੇ ਅਤੇ ਇਹ ਗੱਡੀਆਂ ਜਿਹੜੀਆਂ ਵਾ ਲੋਕਲ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਇਤਿਹਾਸਿਕ ਆ ਗੁਰੂ ਕਮੈਲ ਟੋਭਾ ਭਾਈਸ਼ਾਲੋ ਗੁਰਦੁਆਰਾ ਲੋਹਗੜ੍ਹ ਸਾਹਿਬ ਇੱਥੇ ਵੀ ਜਿਹੜੀਆਂ ਗੱਡੀਆਂ ਅਤੇ ਸੰਗਤਾਂ ਨੂੰ ਜਿਹੜੇ ਦਰਸ਼ਨ ਕਰਵਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਾਲ ਲੱਗਦੇ ਗੁਰੂ ਘਰ ਦੇ ਲੰਗਰ ਘਰ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਲੰਗਰ ਘਰ ਦੇ ਬਾਹਰ ਖੜ੍ਹੇ ਹਾਂ ਆਪਾਂ ਇਸ ਵੇਲੇ ਅਤੇ ਦੱਸ ਦਈਏ ਕਿ IGPC ਵੱਲੋਂ ਇੱਕ ਨੇਕ ਉਪਰਾਲਾ ਕੀਤਾ ਗਿਆ ਕਿ ਜਿਹੜੀਆਂ ਸੰਗਤਾਂ ਦੂਰ ਦਰਾਜੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਦੀਆਂ ਨੇ ਤਾਂ ਉਹਨਾਂ ਨੂੰ ਕਈ ਵਾਰ ਨਹੀਂ ਪਤਾ ਲੱਗਦਾ ਕਿ ਗੁਰੂ ਘਰ ਦੇ ਨਾਲ ਲੱਗਦੀਆਂ ਸਰਾਵਾਂ ਜਿਹੜੀਆਂ ਹੈਗੀਆਂ ਨੇ ਕਿੱਥੇ ਨੇ ਕਿੰਨੀ ਕੁ ਦੂਰੀ 'ਤੇ ਨੇ ਤਾਂ ਉੱਥੇ ਜੇਕਰ ਸ਼ਹਿਰ ਦੀ ਗੱਲ ਕਰ ਲਿਆ ਤਾਂ ਜਿਹੜੇ ਆਟੋ ਚਾਲਕ ਹੈਗੇ ਨੇ ਉਹਨਾਂ ਤੋਂ ਵੱਧ ਪੈਸੇ ਵਸੂਲਦੇ ਨੇ ਤਾਂ ਉਹ ਸਾਰੀ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ IGPC ਵੱਲੋਂ ਇੱਕ ਵਧੀਆ ਨੇਕ ਉਪਰਾਲਾ ਕੀਤਾ ਗਿਆ ਤੁਸੀਂ ਵੇਖ ਸਕਦੇ ਈ-ਕਾਰਟ ਪਾਰਕਿੰਗ ਈ-ਕਾਰਟ ਗੱਡੀਆਂ ਜੋ ਹੈ ਸ਼ੁਰੂ ਕੀਤੀਆਂ ਗਈਆਂ ਨੇ ਕਿ ਜਿਹੜੀਆਂ ਸੰਗਤਾਂ ਨੂੰ ਜੋ ਪਾਰਕਿੰਗ ਤੋਂ ਲੈ ਕੇ ਜਾਂ ਗੁਰੂ ਘਰਾਂ ਤੋਂ ਲੈ ਕੇ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲੈਣ ਦੇ ਵਿੱਚ ਲੈ ਕੇ ਆਉਣ ਦੇ ਵਿੱਚ ਸਹਾਇਕ ਹੋਣਗੀਆਂ ਅਤੇ ਸਾਡੇ ਨਾਲ ਮੈਨੇਜਰ ਸਾਹਿਬ ਗੁਰਪ੍ਰੀਤ ਸਿੰਘ ਜੀ ਜੋ ਸਾਡੇ ਨਾਲ ਮੌਜੂਦ ਨੇ ਜੀ ਮੈਨੇਜਰ ਸਾਹਿਬ ਜਿਹੜੀਆਂ ਗੱਡੀਆਂ ਦੀ ਸੇਵਾ ਜੋ ਉਹ ਸ਼ੁਰੂ ਕੀਤੀ ਗਈ ਆ ਇਸ ਦਾ ਮੁੱਖ ਕਾਰਨ ਕੀ ਹੈ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਗੁਰ ਹਰ ਹਰ ਨਾਨਕ ਖਸਮਲ ਜਾਈਐ ਨਾਇਐ ਰਾਮਦਾਸ ਹਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਲੱਖਾਂ ਦੀ ਤਾਦਾਦ 'ਚ ਜਿਹੜੀਆਂ ਨਤਮਸਤਕ ਹੋਣ ਆਉਂਦੀਆਂ ਹਨ ਉਹਨਾਂ ਦੀ ਸਹੂਲਤ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀ ਸਹੂਲਤ ਨਾਲ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਅਤੇ ਬੈਂਕ ਵਾਲਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਉਹਨਾਂ ਨੇ ਸਾਨੂੰ ਜਿਹੜੀਆਂ ਗੱਡੀਆਂ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਡੋਨੇਟ ਕੀਤੀਆਂ ਹਨ ਉਹ ਸੰਗਤਾਂ ਸਾਡੀਆਂ ਗੱਡੀਆਂ ਬੈਟਰੀ ਵਾਲੀਆਂ ਪਹਿਲਾਂ ਵੀ ਚੱਲਦੀਆਂ ਸਨ ਅਤੇ ਜਿਹੜੀਆਂ ਬੈਂਕ ਵਾਲਿਆਂ ਨੇ ਹੁਣ ਸਾਨੂੰ 4 ਗੱਡੀਆਂ ਡੋਨੇਟ ਕੀਤੀਆਂ ਹਨ ਉਹ ਸੰਗਤਾਂ ਦੀ ਸਹੂਲਤ ਵਾਸਤੇ ਜਿਹੜੀਆਂ ਸੰਗਤਾਂ ਕੋ ਬਜ਼ੁਰਗ ਹਨ ਬੱਚੇ ਹਨ ਜਿਨ੍ਹਾਂ ਕੋਲ ਸਮਾਨ ਜ਼ਿਆਦਾ ਹਨ ਜਿਹੜੀਆਂ ਸਾਡੀਆਂ ਹਰਿਮੰਦਰ ਸਾਹਿਬ ਕੰਪਲੈਕਸ ਤੋਂ ਥੋੜ੍ਹੀਆਂ ਜਿਹੀਆਂ ਦੂਰ ਸਰਾਵਾਂ ਹਨ ਉਹਨਾਂ ਦੇ ਵਿੱਚ ਪਹੁੰਚਾਉਣ ਵਾਸਤੇ ਸਾਨੂੰ ਇਹ ਗੱਡੀਆਂ ਜਿਹੜੀਆਂ ਸਹਾਇਤਾ ਵਾਸਤੇ ਦਿੱਤੀਆਂ ਗਈਆਂ ਹਨ ਇਹਨਾਂ ਵਿੱਚ ਅਸੀਂ ਸੰਗਤਾਂ ਨੂੰ ਬਿਠਾ ਕੇ ਜਿੱਥੇ ਸਾਡੀਆਂ ਸਰਾਵਾਂ ਹਨ ਬਾਬਾ ਦੀਪ ਸਿੰਘ ਨਿਵਾਸ ਮਾਤਾ ਭਾਗ ਨਿਵਾਸ ਸਾਰਾ ਗੜੀ ਨਿਵਾਸ ਅਤੇ ਜਾਂ ਸੰਗਤਾਂ ਜਿੱਥੇ ਕਹਿਣਗੀਆਂ ਅਸੀਂ ਉੱਥੇ ਪਹੁੰਚਾਵਾਂਗੇ ਸਾਡੀਆਂ ਆਲਰੇਡੀ ਜਿਹੜੀਆਂ ਬੱਸਾਂ ਗੱਡੀਆਂ ਚੱਲਦੀਆਂ ਜਿਹੜੀਆਂ ਸਟੇਸ਼ਨ ਤੋਂ ਹਰ ਰੋਜ਼ ਸੰਗਤਾਂ ਨੂੰ ਇੱਥੇ 24 ਘੰਟੇ ਲਿਆ ਕੇ ਆਉਂਦੀਆਂ ਹਨ ਅਤੇ ਵਾਪਸ ਛੱਡ ਕੇ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਹੁਣ ਸਾਡੀਆਂ ਜਿਹੜੀਆਂ ਬੈਟਰੀ ਵਾਲੀਆਂ ਗੱਡੀਆਂ ਜਿਹੜੀਆਂ ਸਾਨੂੰ ਦਿੱਤੀਆਂ ਗਈਆਂ ਹਨ ਇਹਨਾਂ ਵਾਸਤੇ ਮੈਂ ਮਾਣਯੋਗ ਪ੍ਰਧਾਨ ਸਾਹਿਬ ਅਤੇ ਜਿਨ੍ਹਾਂ ਨੇ ਗੱਡੀਆਂ ਸਾਨੂੰ ਡੋਨੇਟ ਕੀਤੀਆਂ ਬੈਂਕ ਵਾਲਿਆਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਜਿਹੜੀਆਂ ਸਹੂਲਤਾਂ ਸਾਨੂੰ ਦਿੱਤੀਆਂ ਹਨ ਉਹ ਜਿਹੜੀਆਂ ਸੰਗਤਾਂ ਜਿਹੜੀਆਂ ਉਹ ਇਹਦਾ ਆਨੰਦ ਮਾਣਨਗੀਆਂ ਅਤੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਵਾਸਤੇ ਇੱਥੇ ਗੱਡੀਆਂ 'ਤੇ ਜਾ ਕੇ ਆਇਆ ਕਰਨਗੀਆਂ ਜਿਹੜੀਆਂ ਕਿ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਿਹੜੀ ਈ ਰਿਕਸ਼ੇ ਵਾਲੇ ਚੱਲਦੇ ਹਨ ਉਹ ਆਪਣਾ ਮੂੰਹ ਮੰਗਾ ਕਿਰਾਇਆ ਜਿਹੜਾ ਸੰਗਤਾਂ ਕੋਲ ਲੈਂਦੇ ਹਨ ਜੋ ਕਿ ਵਾਜਬ ਨਹੀਂ ਹੈ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਵੀ ਰੇਟ ਤੈਅ ਕੀਤੇ ਜਾਣ ਜਾਂ ਤਾਂ ਜੋ ਸੰਗਤ ਪਰੇਸ਼ਾਨ ਨਾ ਹੋ ਸਕੇ ਇਹ ਕਿਸੇ ਵੇਲੇ ਬੱਸ ਸਟੈਂਡ ਤੋਂ ਲੈ ਕੇ ਜਾਂ ਹਰਿਮੰਦਰ ਸਾਹਿਬ ਤੱਕ ਜਾਂ ਪਾਰਕਿੰਗ ਤੋਂ ਇੱਥੇ ਲੈ ਕੇ 200-200 ਰੁਪਇਆ 300-300 ਰੁਪਏ ਜਿੰਨਾ ਮੂੰਹ ਮੰਗਦੇ ਉਹਨਾਂ ਸੰਗਤਾਂ ਨੂੰ ਜਿਹੜੀਆਂ ਸੰਗਤਾਂ ਬਾਹਰੋਂ ਆਉਂਦੀਆਂ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹ ਦਿੰਦੀਆਂ ਹਨ ਸੰਗਤਾਂ ਨੂੰ ਜਿਹੜੀਆਂ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਉੱਥੇ ਬਕਾਇਦਾ ਰੇਟ ਲਿਸਟ ਲੱਗੀ ਹੋਵੇ ਅਤੇ ਸੰਗਤਾਂ ਵਾਸਤੇ ਜਿਹੜੀਆਂ ਉਹ ਸਹੂਲਤ ਰੇਟ ਦੇ ਮੁਤਾਬਕ ਜਿਹੜੀਆਂ ਉਹ ਜਿਹੜੇ ਈ ਰਿਕਸ਼ੇ ਚੱਲਣ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਕਿਉਂਕਿ ਪਿਛਲੇ ਸਮੇਂ 'ਚ ਕਾਫੀ ਕੁਝ ਦੇਖਣ ਨੂੰ ਮਿਲਿਆ ਕਿ ਜੋ ਸੰਗਤਾਂ ਖੱਜਲ ਖੁਆਰ ਹੁੰਦੀਆਂ ਵੀ ਦਿਖਾਈ ਦਿੰਦੀਆਂ ਨੇ ਕਿਉਂਕਿ ਜਿਹੜੇ ਆਟੋ ਚਾਲਕ ਹੈਗੇ ਜਾਂ ਈ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਮਿਸਗਾਈਡ ਵੀ ਕੀਤਾ ਜਾਂਦਾ ਸੰਗਤ ਨੂੰ ਅਗਰ ਬਿਲਕੁਲ ਹੀ ਜੇ ਆਪਾਂ ਗੱਲ ਕਰ ਲਈਏ ਪਾਰਕਿੰਗ ਦੀ ਵੱਡੀ ਪਾਰਕਿੰਗ ਹੈਗੀ ਪਾਰਕਿੰਗ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਆਉਣਾ ਹੋਵੇ ਤਾਂ ਉਹ ਕਾਫੀ ਘੁਮਾ ਕੇ ਲੈ ਕੇ ਆਉਂਦੇ ਤੇ ਪੈਸੇ ਬਹੁਤ ਜ਼ਿਆਦਾ ਵਸੂਲ ਕਰਦੇ ਨੇ ਜਿਹੜੀ ਪਾਰਕਿੰਗ ਆ ਉਸ ਵੇਲੇ ਦੀ ਸਮੇਂ ਦੀ ਸਰਕਾਰ ਨੇ ਜਿਹੜਾ ਵਾ ਪਲਾਜ਼ਾ ਜਿਹੜਾ ਬਣਾਇਆ ਵਾ ਹੈਰੀਟੇਜ ਸਟਰੀਟ ਬਣਾਈ ਹੈ ਵਾਕਿੰਗ ਡਿਸਟੈਂਸ ਤੇ ਸਿਰਫ ਪੈਦਲ 5 ਮਿੰਟ ਦਾ ਰਸਤਾ ਤੇ ਈ ਰਿਕਸ਼ੇ ਵਾਲੇ ਜਿਹੜੇ ਉਹ ਖਰਾਬ ਕਰਦੇ ਹਨ ਉਹ ਸੰਗਤਾਂ ਨੂੰ ਮਿਸ ਗਾਈਡ ਕਰਕੇ ਕਿ ਬੜੀ ਦੂਰ ਹੈ ਜੀ ਇੱਥੋਂ ਤੁਹਾਨੂੰ ਈ ਰਿਕਸ਼ੇ ਤੇ ਜਾਣਾ ਪੈਣਾ ਇੱਥੋਂ ਦੂਰ ਹੈ ਜੀ ਉਹ ਘੁਮਾ ਕੇ ਸੰਗਤਾਂ ਨੂੰ ਇੱਥੇ ਲੈ ਕੇ ਆਉਂਦੇ ਹਨ ਜੋ ਕਿ ਵਾਜਬ ਨਹੀਂ ਹੈ ਸੰਗਤਾਂ ਨੂੰ ਸਹੀ ਗਾਈਡ ਕਰਨ ਵਾਸਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਉੱਥੇ ਆਪਣਾ ਇੱਕ ਸਥਾਨ ਜਿਹੜਾ ਸਥਾਪਿਤ ਕਰਨ ਜਾਂ ਜੋ ਸੰਗਤ ਨੂੰ ਸਹੀ ਗਾਈਡ ਕੀਤਾ ਜਾਵੇ
ਮੈਂਜੀ ਸਾਹਿਬ ਇਹਦੀ ਸੁਵਿਧਾ ਕਿੰਨੇ ਸਮੇਂ ਤੋਂ ਕਿੰਨੇ ਸਮੇਂ ਤੱਕ ਹੋਏਗੀ ਕਿਉਂਕਿ ਆਪਾਂ ਇਸ ਵਕਤ ਜਿਸ ਜਗ੍ਹਾ ਤੇ ਖੜੇ ਆ ਤਾਂ ਕਿ ਇਹ ਸਟੈਂਡ ਹੈਗਾ ਇਹਨਾਂ ਗੱਡੀਆਂ ਦਾ ਤੇ ਜਾਂ ਸੰਗਤ ਦਾ ਇੱਥੋਂ ਮਤਲਬ ਲੈ ਕੇ ਜਾਣ ਦਾ ਟਿਕਾਣਾ ਜਾਂ ਸਟੈਂਡ ਕਹਿ ਲਈਏ ਵੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਵੱਡੀਆਂ ਸੰਗਤਾਂ ਜਿਹੜੀਆਂ 24 ਘੰਟੇ ਵਾਸਤੇ ਜਿਹੜੀਆਂ ਸਾਡੇ ਲੰਗਰ ਵੀ 24 ਘੰਟੇ ਵਾਸਤੇ ਚੱਲਦੇ ਨੇ ਸਾਡੀਆਂ ਸਰਾਵਾਂ ਵੀ 24 ਘੰਟੇ ਵਾਸਤੇ ਓਪਨ ਹੁੰਦੀਆਂ ਹਨ ਕੋਈ ਬੰਦ ਨਹੀਂ ਹੁੰਦੀਆਂ ਜਿਹੜੀਆਂ ਗੱਡੀਆਂ ਸਾਡੀਆਂ ਉਹ ਵੀ 24 ਘੰਟੇ ਚੱਲਦੀਆਂ 24 ਘੰਟੇ ਇੱਥੇ ਗੱਡੀਆਂ ਲੱਗੀਆਂ ਰਹਿਣਗੀਆਂ ਜਿਹੜੀ ਸੰਗਤ ਨੇ ਜਦੋਂ ਰਾਤ ਨੂੰ ਜਾਣਾ ਸਵੇਰੇ ਅੰਮ੍ਰਿਤ ਵੇਲੇ ਵੀ ਆਉਣਾ ਉਹ ਗੱਡੀਆਂ ਇੱਥੋਂ ਜਾਣਗੀਆਂ ਤੇ ਸੰਗਤ ਨੂੰ ਨਾਲ ਲੈ ਕੇ ਇੱਥੇ ਨਤਮਸਤਕ ਕਰਾਉਣ ਵਾਸਤੇ ਲੈ ਕੇ ਆਉਣਗੀਆਂ ਤੇ ਜਿਹੜੀ ਸੰਗਤ ਹੋਏਗੀ ਕਿਸ ਨੇ ਜਾਣਾ ਹੋਵੇ ਤਾਂ ਉਹ ਕਿਹਨੂੰ ਮਿਲਿਆ ਜਾ ਸਕੇ ਕਿ ਅਸੀਂ ਜਾਣਾ ਚਾਹੁੰਦੇ ਹਾਂ ਜਾਂ ਸਾਨੂੰ ਕੋਈ ਨਾ ਕੋਈ ਗੱਡੀ ਮੁਹੱਈਆ ਕਰਾਈ ਜਾ ਸਾਡੇ ਕੋਲ ਸ੍ਰੀ ਗੁਰੂ ਅਰਜਨ ਦੇਵ ਜੀ ਮੇਨ ਕਾਊਂਟਰ ਆ ਉੱਥੇ ਸਾਡੇ ਇੰਚਾਰਜ ਬੈਠੇ ਹਨ ਜਿਨ੍ਹਾਂ ਨੇ ਸੰਗਤ ਨੇ ਜਾਣਾ ਹੋਵੇ ਉਹ ਸੰਗਤ ਜਿਹੜੀ ਆ ਇੰਚਾਰਜ ਨਾਲ ਜਿਹੜੀ ਆ ਉਹ ਸੰਪਰਕ ਕਰ ਸਕਦੀ ਆ ਕਿ ਅਸੀਂ ਉੱਥੇ ਜਾਣਾ ਉਹ ਜਿਹੜਾ ਸਾਡੇ ਜਿਹੜੇ ਡਰਾਈਵਰ ਲੱਗੇ ਹਨ ਉਹਨਾਂ ਨੂੰ ਦੱਸ ਕੇ ਤੇ ਉਹ ਸੰਗਤਾਂ ਨੂੰ ਜਿੱਥੇ ਕਹਿਣਗੇ ਉੱਥੇ ਪਹੁੰਚਾਇਆ ਜਾਊਗਾ ਇੱਕ ਚੀਫ ਮੈਨੇਜਰ ਸਾਹਿਬ ਇੱਥੇ ਦੇਖ ਰਹੇ ਹਾਂ ਕਿ ਇਹ ਜਿਹੜਾ ਸਟੈਂਡ ਬਣਿਆ ਜਿਹੜੀਆਂ ਸੰਗਤਾਂ ਬੈਠਣ ਦਾ ਜਿਨ੍ਹਾਂ ਨੇ ਜਾਣਾ ਉਹ ਤਾਂ ਇੱਕ ਅਲੱਗ ਆ ਪਰ ਜਿੱਥੇ ਗੱਡੀਆਂ ਲੱਗਣੀਆਂ ਉਹਦੇ ਨਾਲ ਇੱਕ ਬੈਟਰੀ ਚਾਰਜਰ ਲੱਗਾ ਹੋਇਆ ਕਿ ਇੱਥੇ ਹੀ ਗੱਡੀਆਂ ਜਿਹੜੀਆਂ ਚਾਰਜ ਕਰਕੇ ਜਿਹੜੀਆਂ ਤਿਆਰ ਬਰ ਤਿਆਰ ਕੀਤੀਆਂ ਜਾਣਗੀਆਂ ਸਾਡੇ ਕੋਲ 3-4 ਗੱਡੀਆਂ ਇੱਕ ਗੱਡੀ ਜਿਹੜੀ ਇੱਥੇ ਚਾਰਜ ਹੋਈ ਜਾਊਗੀ ਬਾਕੀ ਜਿਹੜੀਆਂ ਗੱਡੀਆਂ ਫੇਰੇ ਲਾਏ ਜਾਣਗੀਆਂ ਜਦੋਂ ਦੂਜੀਆਂ ਗੱਡੀਆਂ ਦੀ ਬੈਟਰੀ ਡਾਊਨ ਹੋਊਗੀ ਤੇ ਇੱਥੇ ਲਿਆ ਕੇ ਉਹਨੂੰ ਰੋਕ ਦਿੱਤਾ ਜਾਊਗਾ ਤੇ ਬਾਕੀ ਗੱਡੀਆਂ ਚਲਾਈਆਂ ਜਾਣਗੀਆਂ ਤੇ ਇੱਕ ਦਿਨ ਦੇ ਵਿੱਚ ਜੇ ਕਹਿ ਲਈਏ ਕਿ ਕਿੰਨੀ ਕੁ ਸਮਰੱਥ ਹੈਗੀ ਆ ਗੱਡੀ ਕਿੰਨੇ ਕੁ ਚੱਕਰ ਲਗਾ ਸਕੇਗੀ ਸਾਡੇ ਕੋਲ 4 ਗੱਡੀਆਂ ਵਾ ਸਮਰੱਥਾ ਤੇ ਇਹਦੀ ਕਾਫੀ ਹੁੰਦੀ ਆ ਕਿਉਂਕਿ ਗੱਡੀ ਵੀ ਵੱਡੀ ਆ ਸੀਟਾਂ ਵੀ ਜ਼ਿਆਦੀਆਂ ਇਹਦੇ ਚ ਕੋਈ ਸਾਨੂੰ ਇਹੋ ਜਿਹੀ ਪ੍ਰੋਬਲਮ ਨਹੀਂ ਹੁੰਦੀ ਕਿ ਇੱਕੋ ਗੱਡੀ ਤੇ ਜਾਣਾ ਸਾਡੇ ਕੋਲ 3-4 ਗੱਡੀਆਂ ਰੈਗੂਲਰ ਚੱਲਣਗੀਆਂ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਇਤਿਹਾਸਿਕ ਗੁਰਦੁਆਰੇ ਵੀ ਹੈਗੇ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਤਾਂ ਕੀ ਲੱਗਦਾ ਕਿ ਉੱਥੇ ਵੀ ਇਹ ਗੱਡੀਆਂ ਲੈ ਕੇ ਜਾਣਗੀਆਂ ਜਿਹੜੇ ਦਰਸ਼ਨ ਕਰਨਾ ਚਾਹੁੰਦੇ ਨੇ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਪਤਾ ਕਿ ਆਹ ਵਾਲੇ ਗੁਰਦੁਆਰੇ ਇਤਿਹਾਸਿਕ ਹੈਗੇ ਨੇ ਇੱਥੇ ਜਾਣਾ ਚਾਹੀਦਾ ਫਿਲਹਾਲ ਤੇ ਅਜੇ ਸਾਨੂੰ ਜਿਹੜੀਆਂ ਸਰਾਵਾਂ ਵਾਸਤੇ ਗੱਡੀਆਂ ਦਿੱਤੀਆਂ ਗਈਆਂ ਨੇ ਅੱਗੇ ਆਉਣ ਵਾਲੇ ਸਮੇਂ 'ਚ ਜਿਹੜੀਆਂ ਮਾਣਯੋਗ ਪ੍ਰਧਾਨ ਸਾਹਿਬ ਆਦੇਸ਼ ਦੇਣਗੇ ਤੇ ਇਹ ਗੱਡੀਆਂ ਜਿਹੜੀਆਂ ਵਾ ਲੋਕਲ ਜਿਹੜੇ ਗੁਰਦੁਆਰਾ ਸਾਹਿਬ ਸਾਡੇ ਇਤਿਹਾਸਿਕ ਆ ਗੁਰੂ ਕਮੈਲ ਟੋਪਾ ਭਾਈ ਸ਼ਾਲੋ ਗੁਰਦੁਆਰਾ ਲੋਹਗੜ੍ਹ ਸਾਹਿਬ ਇੱਥੇ ਵੀ ਜਿਹੜੀਆਂ ਗੱਡੀਆਂ ਤੇ ਸੰਗਤਾਂ ਨੂੰ ਜਿਹੜੇ ਦਰਸ਼ਨ ਕਰਵਾਏ ਜਾਣਗੇ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਮਤਲਬ ਮੰਗ ਦੇ ਅਨੁਸਾਰ ਜੋ ਆ ਗੱਡੀਆਂ ਨੂੰ ਉੱਥੇ ਲੈ ਕੇ ਵੀ ਜਾਇਆ ਜਾਏਗਾ ਅਗਰ ਹਾਂਜੀ ਬਿਲਕੁਲ ਜੀ ਸੰਗਤ ਨੂੰ ਜਿਹੜੀਆਂ ਜਿਹੜੇ ਲਾਗੇ ਜਿਹੜੇ ਸਾਡੇ ਸੰਬੰਧਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸੰਬੰਧਿਤ ਗੁਰਦੁਆਰਾ ਸਾਹਿਬ ਆਏ ਆ ਉੱਥੇ ਵੀ ਸੰਗਤਾਂ ਨੂੰ ਨਤਮਸਤਕ ਹੋਣ ਵਾਸਤੇ ਜਿਹੜੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਤਾਂ ਜੋ ਸੰਗਤ ਉੱਥੇ ਵੀ ਦਰਸ਼ਨ ਕਰ ਸਕਣ ਮੈਨੇਜਰ ਸਾਹਿਬ ਕੀ ਸਮਝਦੇ ਹੋ ਕਿ ਇਸ ਗੱਡੀਆਂ ਦੇ ਨਾਲ ਕਿੰਨਾ ਕੁ ਫਰਕ ਪਏਗਾ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਸੰਗਤਾਂ ਜੋ ਨੇ ਸਰਾਵਾਂ ਦੇ ਵਿੱਚ ਠਹਿਰਨਾ ਚਾਹੁੰਦੀਆਂ ਨੇ ਪਰ ਉਹਨਾਂ ਨੂੰ ਸਰਾਂ ਤੱਕ ਆਉਣ ਦਾ ਜਾਂ ਰਸਤਾ ਜਾਂ ਉਸ ਤੋਂ ਪਹਿਲਾਂ ਕਿਤੇ ਨਾ ਕਿਤੇ ਜਿਹੜੇ ਕਹਿ ਸਕਦੇ ਹਾਂ ਕਿ ਹੋਟਲ ਨਾਲ ਸੰਬੰਧਿਤ ਲੋਕ ਹੁੰਦੇ ਨੇ ਉਹ ਪਹਿਲੇ ਬਾਹਰ ਲੈ ਜਾਂਦੇ ਨੇ ਕਿਤੇ ਹੋਰ ਤਾਂ ਕੀ ਲੱਗਦਾ ਕਿ ਇਹ ਵੀ ਸਹਾਇਕ ਹੋਣਗੀਆਂ ਉਹਨਾਂ ਨੂੰ ਇੱਥੋਂ ਤੱਕ ਪਹੁੰਚਣ ਗੱਡੀਆਂ ਜਿਹੜੀਆਂ ਨਾ ਸੰਗਤਾਂ ਨੂੰ ਸਾਨੂੰ ਜਿਹੜੀਆਂ ਆਪਣੀਆਂ ਸਰਾਵਾਂ 'ਚ ਪਹੁੰਚਾਉਣ ਵਾਸਤੇ ਬਹੁਤ ਜ਼ਿਆਦਾ ਸਹਾਇਤਾ ਕਰਨਗੀਆਂ ਕਿਉਂਕਿ ਜੇ ਅਸੀਂ ਸੰਗਤ ਨੂੰ ਉਤਰਾਂ ਸਿੱਧਾ ਭੇਜਦੇ ਹਾਂ ਕਿਉਂਕਿ ਸਾਡੇ ਕੋਲ ਆਲਰੇਡੀ 2 ਗੱਡੀਆਂ ਚੱਲਦੀਆਂ ਜੇ 2 ਗੱਡੀਆਂ ਤੋਂ ਇਲਾਵਾ ਜਿੰਨੀ ਵੱਧ ਸੰਗਤ ਹੁੰਦੀ ਆ ਜੇ ਅਸੀਂ ਉਤਰਾਂ ਹੀ ਉਹਨਾਂ ਨੂੰ ਦੱਸਦੇ ਹਾਂ ਕਿ ਬਾਬਾ ਦੀਪ ਸਿੰਘ ਨਾਲ ਚੱਲ ਜਾਓ ਤੇ ਰਸਤੇ 'ਚ ਜਿਹੜੇ ਹੋਟਲ ਜਿੰਨੇ ਵੀ ਪੈਂਦੇ ਹਨ ਉਹ ਰਾਹ 'ਚ ਹੀ ਉਹਨਾਂ ਸੰਗਤਾਂ ਨੂੰ ਮਿਸ ਗਾਈਡ ਕਰਕੇ ਜੇ ਅਸੀਂ ਤੁਹਾਨੂੰ ਇੰਨੇ ਰੇਟ 'ਚ ਕਮਰਾ ਦੇਵਾਂਗੇ ਸਾਡਾ ਕਮਰਾ ਵੇਖੋ ਮਿਸ ਗਾਈਡ ਕਰਕੇ ਸੰਗਤਾਂ ਨੂੰ ਹੋਟਲਾਂ ਦੇ ਵਿੱਚ ਜ਼ਬਰਦਸਤੀ ਰੱਖ ਲੈਂਦੀਆਂ ਹਨ ਉਹ ਸਹਾਇਤਾ ਕਰਨਗੀਆਂ ਗੱਡੀ ਬਿਲਕੁਲ ਜੀ ਬਿਲਕੁਲ ਇਹ ਸੰਗਤਾਂ ਜਿਹੜੀਆਂ ਉੱਥੋਂ ਸਹਾਇਤਾ ਕਰਨਗੀਆਂ ਸਾਡੀਆਂ ਸਰਾਵਾਂ 'ਚੋਂ ਜਾਣਗੀਆਂ ਸੇਫਟੀ ਨਾਲ ਜਾਣਗੀਆਂ ਸੇਫਟੀ ਨਾਲ ਸੰਗਤ 'ਚ ਆਊਗੀ ਕਿਸੇ ਕਿਸਮ ਦੀ ਸੰਗਤ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ ਇਸਦਾ ਤੇ ਸਟੈਂਡ ਹੋਰ ਕਿੱਥੇ ਕਿੱਥੇ ਕਿਉਂਕਿ ਇੱਕ ਬੜੀ ਵੱਡੀ ਸਰਾਂ ਜੋ ਤੁਹਾਡੀ ਹੈਗੀ ਆ ਸਾਰਾ ਗੜੀ ਸਰਾਂ ਜਾਂ ਕਹਿ ਲਈਏ ਤਾਂ ਉਸਦੇ ਬਾਅਦ ਵੀ ਇਹੋ ਜਿਹਾ ਇੱਕ ਸਟੈਂਡ ਬਣਾਉਣ ਦੀ ਅੱਗੇ ਮਿਲੀ ਆ ਜਾਂ ਉੱਥੇ ਬਣਾਇਆ ਜਾਏਗਾ ਹਾਂਜੀ ਜੀ ਕੋਸ਼ਿਸ਼ ਕਰਾਂਗੇ ਜੀ ਉੱਥੇ ਵੀ ਇਸ ਦੇ ਨਾਲ ਦਾ ਸਟੈਂਡ ਬਣੇ ਕਿਉਂਕਿ ਮੇਨ ਜਿਹੜੀ ਉੱਥੋਂ ਪਲਾਜ਼ੇ 'ਚੋਂ ਸੜੀ ਸੰਗਤ ਪੈਦਲ ਆਉਂਦੀ ਆ ਉਹਨਾਂ ਵਾਸਤੇ ਵੀ ਜਿਹੜੇ ਬਜ਼ੁਰਗ ਆ ਉਹਨਾਂ ਵਾਸਤੇ ਵੀ ਇਹ ਜਿਹੜੀ ਗੱਡੀਆਂ ਉੱਥੇ ਲਾਈਆਂ ਜਾਣ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋ ਸਕੇ ਤਾਂ ਜੀ ਬਿਲਕੁਲ ਜਿਵੇਂ ਤੁਹਾਨੂੰ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਈ ਕਾਰਡ ਪਾਰਕਿੰਗ ਦੀ ਸੁਵਿਧਾ ਜਿਹੜੀ ਹੈ IGPC ਵੱਲੋਂ ਸ਼ੁਰੂ ਕੀਤੀ ਗਈ ਆ ਤੇ ਜਿਹੜੀਆਂ ਸੰਗਤਾਂ ਦੂਰ ਦਰਾਜੇ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਂਦੀਆਂ ਨੇ ਤਾਂ ਪਾਰਕਿੰਗ ਤੋਂ ਲੈ ਕੇ ਜੇ ਗੱਲ ਕਰ ਲਈਏ ਕਿ ਸੱਚਖੰਡ ਸ੍ਰੀ ਹਰਿਮੰਦਰ ਤੱਕ ਹਰਿਮੰਦਰ ਸਾਹਿਬ ਤੱਕ ਜੋ ਸਰਾਵਾਂ ਤੱਕ ਜੋ ਸੰਗਤਾਂ ਨੇ ਆਉਣਾ ਹੁੰਦਾ ਤਾਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਕਰਨੀਆਂ ਪੈਂਦੀਆਂ ਸਾਹਮਣਾ ਕਰਨਾ ਪੈਂਦਾ ਦਿੱਕਤਾਂ ਦਾ ਤਾਂ ਉਹਨੂੰ ਦੇਖਦੇ ਹੋਏ ਜਿਹੜਾ ਅੱਜ IGPC ਵੱਲੋਂ ਇੱਕ ਨੇਕ ਉਪਰਾਲਾ ਸ਼ੁਰੂ ਕੀਤਾ ਗਿਆ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ੇ ਸੁਨਕ ਜਗਬਾਨੀ TV ਅੰਮ੍ਰਿਤਸਰ